ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਣਾ ਜਿਹੜਾ ਮਾਰਚ ਆ, ਜਾਤ ਤੋੜੋ ਸਮਾਜ ਜੋੜੋ, ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਸਾਹਿਬ ਜੀ ਦਾ ਇੱਕ ਸਾਨੂੰ ਮੈਸੇਜ ਹੈ ਕਿ ਜਿਹੜੇ ਲੋਕ ਆਪਣੀ ਜਾਤ ਦਾ ਪ੍ਰਚਾਰ ਕਰਦੇ ਨੇ ਉਹ ਗੁਲਾਮੀ ਨੂੰ ਹੋਰ ਪੱਕਾ ਕਰਦੇ ਨੇ। ਜੇ ਕਿਸੇ ਨੇ ਕੁਝ ਸਿੱਖਣਾ ਹੋਵੇ ਤੇ ਆਪਣੇ ਰਹਿਬਰਾਂ ਦੇ ਇੱਕ ਸਿਧਾਂਤ ਤੋਂ ਹੀ ਸਿੱਖਿਆ ਜਾ ਸਕਦਾ ਹੈ। ਅਸੀਂ ਉਹ ਮੈਸੇਜ ਨੂੰ ਲੈ ਕੇ ਸਮਾਜ ਵਿੱਚ ਚੱਲੇ ਹਾਂ, ਜਿਹੜਾ 35 ਮਹਾਂਪੁਰਖਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ, ਏਕ ਪਿਤਾ ਏਕ ਸਕੇ ਹਮ ਵਾਰਿਸ। ਬਹੁਤਾ ਔਖਾ ਨਹੀਂ ਹੈ ਸਮਝਣਾ, ਪਰ ਅਸੀਂ ਉਲਝ ਚੁੱਕੇ ਹਾਂ। ਅਸੀਂ ਉਸ ਉਲਝਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਵੇਂ ਅੱਜ ਗਿਣਤੀ ਸਾਡੀ ਥੋੜ੍ਹੀ ਹੈ, ਪਰ ਅਸੀਂ ਗਿਣਤੀਆਂ ਮਿਣਤੀਆਂ 'ਚ ਕਦੇ ਪੈਂਦੇ ਨਹੀਂ। ਜਦੋਂ ਵੀ ਕੋਈ ਲਹਿਰ ਉੱਠੀ ਹੈ ਤਾਂ ਪੰਜਾਬ ਦੀ ਧਰਤੀ ਤੋਂ ਉੱਠੀ ਹੈ। ਇਹ ਸਾਨੂੰ ਮਾਣ ਹੈ ਕਿ ਇਸ ਧਰਤੀ ਨੇ ਐਸੇ ਸੂਰਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ। ਅਸੀਂ ਸਮਾਜ ਦੇ ਵਿੱਚ ਫੈਲਿਆ ਇਹ ਜਾਤੀ ਦਾ ਕੋਹੜ ਜਿਹੜਾ ਆਪਣੇ ਮੋਢਿਆਂ ਤੇ ਆਪਣੇ ਸਿਰ ਤੇ ਲੈ ਕੇ ਚੱਲੇ ਹਾਂ, ਸਿੱਖ ਜਿਹੜਾ ਹੈ ਉਹਦੀ ਕੋਈ ਜਾਤ ਨਹੀਂ ਹੈ, ਔਰ ਜਿਹਦੀ ਜਾਤ ਹੈ ਉਹ ਸਿੱਖ ਨਹੀਂ ਹੈ। ਜਾਤ ਜਾਂ ਸਿੱਖ, ਆਪਾਂ ਦੋਹਾਂ ਚੋਂ ਇੱਕ ਚੁਣਨਾ ਹੈ। ਅਸੀਂ ਇਹ ਮੈਸੇਜ ਸਾਡੀ ਜਿਹੜੀ ਸੁਪਰੀਮ ਅਕਾਲ ਤਖ਼ਤ ਉੱਥੋਂ ਹੁਕਮਨਾਮਾ ਜਾਰੀ ਕਰਾਉਣ ਦੀ ਨਹੀਂ, ਲਾਗੂ ਕਰਨ ਦੀ ਕੋਸ਼ਿਸ਼ ਲਈ ਇਹ ਜੋ ਚੇਤਨਾ ਮਾਰਚ ਇੱਕ ਲਹਿਰ ਸ਼ੁਰੂ ਕਰ ਰਹੇ ਹਾਂ। ਭਾਰਤੀ ਮੁਕਤੀ ਮੋਰਚਾ ਇੱਕ ਅਜਿਹੀ ਲਹਿਰ ਹੈ, ਅਸੀਂ ਇਹਨਾਂ ਲਹਿਰਾਂ ਨੂੰ ਇਕੱਤਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਜਿਹੜੇ ਜਿਨ੍ਹਾਂ ਨੇ ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਕਿ ਆਜ਼ਾਦੀ ਵੱਲ ਨੂੰ ਚੱਲਣ ਨੂੰ ਕਿਹਾ ਹੈ, ਉਹੀ ਮੈਸੇਜ ਤਥਾਗਤ ਬੁੱਧ ਸਾਹਿਬ ਨੇ ਦਿੱਤਾ ਹੈ, ਉਹੀ ਮੈਸੇਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ। ਅੱਜ ਸਾਨੂੰ ਇਕੱਤਰਿਤ ਹੋਣ ਦੀ ਲੋੜ ਹੈ, ਪਾਰਟੀਆਂ ਤੇ ਜਥੇਬੰਦੀਆਂ ਤੋਂ ਉੱਪਰ ਉੱਠੀਏ, ਆਪਾਂ ਇੱਕ ਅਜਿਹੀ ਸੋਚ ਖੜੀ ਕਰੀਏ, ਅਸੀਂ ਔਰ ਉਹ ਮੈਸੇਜ ਸਮਾਜ ਵਿੱਚ ਲੈ ਕੇ ਜਾਈਏ। ਅਸੀਂ ਗਰਜਾ ਨਾਲ ਨਾ ਜੁੜੀਏ, ਅਸੀਂ ਆਪਣਾ ਫਰਜ਼ ਪਛਾਣੀਏ। ਉਹਨਾਂ ਨੇ ਸਾਡੇ ਨੇ ਕੁਰਬਾਨੀ ਕੀਤੀ, ਅੱਜ ਅਜਿਹਾ ਸਿਧਾਂਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਕੋਲ ਵਿਰਾਜਮਾਨ ਹੈ। ਅਸੀਂ ਗੁਰੂ ਸਾਹਿਬ ਤੋਂ ਪੁੱਛਦੇ ਹਾਂ, ਉਹ ਖੁਦ ਕਹਿੰਦੇ ਨੇ ਜਿੱਥੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੀ ਵਿਚਾਰ, ਗੁਰੂ ਸਾਹਿਬ ਖੁਦ ਕਹਿ ਰਹੇ ਨੇ। ਅਸੀਂ ਵਿਚਾਰ ਤੋਂ ਟੁੱਟੇ ਹੋਏ ਹਾਂ, ਗੁਰਬਾਣੀ ਜਿਹੜੀ ਹੈ ਉਹ ਇੱਕ ਸਿਧਾਂਤ ਹੈ, ਤੇ ਜਿਨ੍ਹਾਂ ਨੇ ਸਿਧਾਂਤ ਨੂੰ ਸਮਝਿਆ ਉਹਨਾਂ ਨੇ ਲਹਿਰਾਂ ਖੜੀਆਂ ਕਰ ਦਿੱਤੀਆਂ। ਮੈਂ ਹੋਰ ਹਰ ਇੱਕ ਸਰੀਰ ਦਾ ਸਤਿਕਾਰ ਕਰਦਾ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣਾ ਮੈਨੋਫੈਸ ਚੁੱਕਿਆ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਇੱਕ ਅਜਿਹਾ ਸਿਧਾਂਤ ਕਿਹਾ ਜਿਹੜਾ ਸਮੁੱਚੀ ਮਾਨਵਤਾ ਦੇ ਲਈ ਹੈ। ਇਹ ਵੰਡ ਵਖਰੇਵੇ ਕਿਹਨੇ ਪਾਏ ਆ? ਉਹ ਮਨੁਵਾਦੀ ਸੋਚ ਨੇ, ਉਹਦਾ ਕੋਈ ਰੂਪ ਨਹੀਂ ਹੈ, ਉਹ ਕਿਸੇ ਰੂਪ 'ਚ ਵੀ ਹੋ ਸਕਦਾ ਹੈ। ਇਸ ਕਰਕੇ ਦਾਸ ਹਰ ਵੀਰ ਚਾਹੇ ਕੋਈ ਵੀ ਆਪਣੇ ਆਪ ਨੂੰ ਕਿਸੇ ਸੰਸਥਾ ਨਾਲ ਜੁੜਿਆ ਮਹਿਸੂਸ ਕਰਦਾ ਹੈ, ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ, ਚਾਹੇ ਕੋਈ ਅੰਬੇਡਕਰੀ ਵੀਰ ਹੈ, ਚਾਹੇ ਕੋਈ ਬੁੱਧਿਸਟ ਹੈ, ਜਦ ਸਾਡੀ ਵਿਚਾਰਧਾਰਾ ਇੱਕ ਹੈ, ਰਸਤੇ ਵੱਖਰੇ ਵੱਖਰੇ ਹੋ ਸਕਦੇ ਨੇ, ਸਾਡਾ ਮਕਸਦ ਇੱਕ ਹੈ। ਆਓ ਅਸੀਂ ਉਸ ਮਕਸਦ ਨੂੰ ਆਪਣੇ ਲੋਕਾਂ ਵਿੱਚ ਲੈ ਕੇ ਜਾਈਏ।
ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਇਹ ਪਾੜੇ ਤੇ ਰਾਜ ਕਰੋ ਵਾਲੀ ਨੀਤੀ ਅਪਣਾਉਂਦੀਆਂ ਨੇ ਤੇ ਸਾਡੇ ਰਹਿਬਰਾਂ ਨੇ ਸਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ ਵੀਰੋ। ਮੈਂ ਬੇਨਤੀ ਕਰਦਾ ਇੱਥੇ ਜਿੰਨੀਆਂ ਵੀ ਮਾਤਾਵਾਂ ਭੈਣਾਂ ਬੱਚੇ ਸਰੀਰ ਨੇ ਆਪਾਂ ਇੱਕ ਪ੍ਰਣ ਕਰਕੇ ਜਾਈਏ ਕਿ ਅੱਜ ਤੋਂ ਅਸੀਂ ਆਪਣੀ ਯਾਦ ਖਤਮ ਕਰਦੇ ਹਾਂ। ਜੇ ਅਸੀਂ ਆਪਣੀ ਯਾਦ ਖਤਮ ਕਰਾਂਗੇ ਤਦੇ ਅਸੀਂ ਕਿਸੇ ਨੂੰ ਉਪਦੇਸ਼ ਦੇ ਸਕਦੇ ਹਾਂ, ਤਦੇ ਕਿਸੇ ਦੂਸਰੇ ਦੀ ਜਾਤ ਨੂੰ ਕਹਿ ਸਕਦੇ ਹਾਂ। ਜੇ ਆਪਣੀ ਜਾਤ ਨੂੰ ਅਸੀਂ ਨਹੀਂ ਖਤਮ ਕਰਦੇ ਤਾਂ ਅਸੀਂ ਕਿਸੇ ਦੀ ਜਾਤ ਨੂੰ ਖਤਮ ਨਹੀਂ ਕਰ ਸਕਦੇ। ਇਸ ਕਰਕੇ ਵੀਰੋ ਵਿਚਾਰਵਾਨ ਬਣੀਏ, ਆਪਣੇ ਰਹਿਬਰਾਂ ਦਾ ਉਹ ਸੁਨੇਹਾ ਆਪਾਂ ਘਰ ਘਰ ਲਿਜਾਈਏ। ਮੈਂ ਸਮੁੱਚੀ ਸੰਗਤ ਆ ਜਿਹਨਾਂ ਨੇ ਵੀ ਇਹ ਪ੍ਰਬੰਧ ਕੀਤਾ ਹੈ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਪ੍ਰੋਗਰਾਮ ਬੜੇ ਲਿਖੇ ਜਾਂਦੇ ਨੇ ਪਰ ਲਹਿਰਾਂ ਜਿਹੜੀਆਂ ਹੁੰਦੀਆਂ ਨੇ ਕਦੇ ਲਿਖੀਆਂ ਨਹੀਂ ਜਾਂਦੀਆਂ, ਇਹ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ, ਸਮਾਪਤ ਨਹੀਂ ਹੁੰਦੀਆਂ ਜਿੰਨਾ ਚਿਰ ਆਪਣਾ ਮਿਸ਼ਨ ਹਾਸਲ ਨਾ ਕਰ ਲੈਣ। ਅਸੀਂ ਉਹ ਮਿਸ਼ਨ ਨੂੰ ਹਾਸਲ ਕਰਨ ਲਈ ਤਨ ਮਨ ਧਨ ਦੇ ਨਾਲ ਤੁਰੇ ਹੋਏ ਹਾਂ। ਸਾਨੂੰ ਸਹਿਯੋਗ ਚਾਹੀਦਾ ਹੈ ਆਪਣੇ ਲੋਕਾਂ ਦਾ, ਕਿਸੇ ਪੂੰਜੀਵਾਦ ਦਾ ਨਹੀਂ। ਇਸ ਕਰਕੇ ਵੀਰੋ ਸਾਡੇ ਗੁਰੂ ਦਾ ਥੋਟ ਸੰਗਤ ਔਰ ਪੰਗਤ ਜਾਤ ਨੂੰ ਖਤਮ ਕਰਨ ਲਈ ਸੀ। ਸਰੋਵਰਾਂ ਦਾ ਥਾਟ ਉਸ ਕੌਮ ਨੂੰ ਖਤਮ ਕਰਨ ਲਈ ਸੀ ਜਿਹੜਾ ਕੋਰ ਸਾਡੇ ਅੰਦਰ ਚੱਲਦਾ ਕਿ ਇੱਕ ਥਾਂ ਇਸ਼ਨਾਨ ਕਰਨਗੇ ਤਾਂ ਇਹਨਾਂ ਕੋਲੋਂ ਜਾਤ ਖਤਮ ਹੋਊਗੀ। ਬਾਬਾ ਸਾਹਿਬ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਆਵਾਜ਼ ਉਠਾਈ। ਸਿਰਫ ਜੈ ਭੀਮ ਜੈ ਭਾਰਤ ਕਰਨ ਨਾਲ ਗੱਲ ਨਹੀਂ ਬਣਦੀ ਹੁੰਦੀ, ਸਾਡੇ ਵੀ ਅਨੇਕਾਂ ਸਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ। ਮੈਨੂੰ ਦੱਸਣ ਕਿੱਥੇ ਵਾਹਿਗੁਰੂ ਦੀ ਫਤਿਹ ਕੀਤੀ ਹੈ ਤੇ ਕਿੱਥੇ ਵਾਹਿਗੁਰੂ ਜੀ ਦਾ ਖਾਲਸਾ ਰਹਿ ਚੁੱਕਾ ਹੈ। ਸੰਪਰਦਾਵਾਂ ਸੰਸਥਾਵਾਂ ਤੇ ਵੰਡੇ ਹੋਏ ਲੋਕ ਅੱਜ ਅਸੀਂ ਦੱਸ ਰਹੇ ਹਾਂ ਅਸੀਂ ਫਲਾਣੇ ਸਿੱਖ ਵਾਂ, ਅਸੀਂ ਫਲਾਣੇ ਸਿੱਖ ਵਾਂ, ਔਰ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸੀ। ਅਸੀਂ ਉਹਦੀਆਂ ਸਿੱਖਿਆਵਾਂ ਦੇ ਧਾਰਨਾ ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਮੇਰੇ ਗੁਰੂ ਦਾ ਥਾਟ ਹੈ। ਇਹ ਕੋਈ ਔਖਾ ਕੰਮ ਨਹੀਂ ਹੈ, ਗੱਲ ਸਮਝਣ ਦੀ ਹੈ। ਅਸੀਂ ਉਸ ਵਿਚਾਰਧਾਰਾ ਨੂੰ ਲੈ ਕੇ ਚੱਲੇ ਹਾਂ ਜਿਹੜੀ ਵਿਚਾਰਧਾਰਾ ਕਲਗੀ ਧਰ ਪਾਤਸ਼ਾਹ ਨੇ 1699 ਦੇ ਵਿੱਚ ਵੱਖਰੀਆਂ ਵੱਖਰੀਆਂ ਕਾਸਟਾਂ ਦੇ ਵਿੱਚੋਂ ਪੰਜ ਸਰੀਰ ਸਾਜੇ ਖੰਡੇ ਵਾਟੇ ਦੀ ਪਹੁੰਚ ਕਾਉਣ ਦਾ ਮਕਸਦ ਇਹ ਸੀ ਕਿ ਅੰਦਰੋਂ ਝੂਠ ਖਤਮ ਹੋ ਜਾਵੇ, ਅੰਦਰੋਂ ਜਾਤ ਦਾ ਕੋਰ ਖਤਮ ਹੋ ਜਾਵੇ, ਸਿੰਘ ਕੌਰ ਔਰ ਖਾਲਸਾ। ਇਹ ਕਦੇ ਕਿਸੇ ਨੇ ਸਮਝਿਆ ਨਹੀਂ ਹੈ ਨਾ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਖੀ ਕਿਸੇ ਦੇ ਅਧੀਨ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਨਿੱਜੀ ਪ੍ਰਾਪਤੀ ਨਹੀਂ ਹੈ ਕਿਸੇ ਦੀ। ਕੋਈ ਮਤ ਸਮਝੋ ਕਿ ਸਾਨੂੰ ਸਿੱਖੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਜਾਂ ਅਸੀਂ ਸਿੱਖੀ ਤੋਂ ਮੁਨਕਰ ਹੋ ਗਏ ਹਾਂ। ਸਿੱਖੀ ਹੈਗੇ ਸਿੱਖਣ ਦਾ ਨਾਂ ਆ, ਜਿਹੜਾ ਸਿੱਖਣਾ ਚਾਹੁੰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਕੇ ਆਪਣਾ ਮਿਸ਼ਨ ਲੈ ਕੇ ਚੱਲੇ। ਇਸ ਕਰਕੇ ਦਾਸ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਸਮਾਂ ਬਹੁਤ ਸੀਮਤ ਹੈ, ਅਸੀਂ ਅਕਾਲ ਤਖ਼ਤ ਸਾਹਿਬ ਤੇ ਪਹੁੰਚਣਾ ਹੈ। ਮੈਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਆਏ ਹੋਏ ਸਰੀਰਾਂ ਦਾ, ਸਾਰਿਆਂ ਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ।